ਆਦੀ ਜੀ ਜਦੋਂ ਕਿ ਖਵਾਦ ਵੜਦੇ ਬੈਠਾ ਸੋਢੀ RAMDAS ਤੇ ਕਿਸੇ ਨੇ ਰਾਜਨ ਸਿੰਘ ਦਾ ਬਾਹ ਪਕੜ ਕੇ ਆਖਿਆ ਕਿ ਨੇ ਭਾਈ ਸਾਹਿਬ 1604 ਅਨੰਤ ਪ੍ਰਕਾਸ਼ ਹੁੰਦਾ ਹੈ ਤੇ ਗੁਰੂ RAMDAS ਤੇ ਉਦੋਂ ਬੈਠੇ ਸੀ ਜਦੋਂ ਸੁਵਰਦੀ ਨੀਮਤ ਰੱਖਿਆ ਗਿਆ ਤੇ ਤੁਸੀਂ ਅੱਜ ਪੜੀ ਜਾਂਦੇ ਬੈਠਾ ਸੋਢੀ RAMDAS ਉਹ ਸਬਸੀ ਜੀ ਨੇ ਰਾਗੀ ਨੇ ਆਖਿਆ ਕਹਿੰਦੇ ਕਰਮਾ ਵਾਲਿਓ ਮੈਨੂੰ ਇਹ ਵੀ ਗੱਲ ਦਾ ਜਵਾਬ ਦਿਓ ਕਿ ਜਿਹੜੀ ਕੁਰਸੀ ਤੇ ਅਫੀਸਰ ਜਿਹੜੇ ਦਫਤਰ ਦੇ ਵਿੱਚ ਅਫੀਸਰ ਨਾ ਬੈਠਾ ਹੋਵੇ ਕਦੇ ਕੁਰਸੀ ਨੇ ਕੰਮ ਕੀਤਾ ਕਦੇ ਨਹੀਂ ਕਹਿੰਦੇ ਵੀ ਇਹ ਗੱਲ ਮੱਕੀ ਹੈ ਤੂੰ ਆਦੀਆਂ ਨਜ਼ਰਾਂ ਹੀ ਕਮਜ਼ੋਰ ਹੋਈਆਂ ਏ ਜੀ ਮੈਂ ਅੱਜ ਪੜਿਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿ ਗੁਰੂ ਘਾਵੈ ਕਹਿੰਦੇ ਜੇ ਬਿਠਾਏ ਤੇ ਹਉ ਤੇਜ ਦੋ ਤਿੰਨ ਕ੍ਰਿਸ਼ਮੇ ਸ੍ਰੀ ਹਰਮੰਦਰ ਸਾਹਿਬ ਹੁੰਦੇ ਰੇ ਅੱਖੋ ਸਤ ਸਾਲਾ ਕਿਸੇ ਦੀ ਕੈਂਸਰ ਖਤਮ ਹੋ ਗਈ ਕਿਸੇ ਦੇ ਨੇਤਰਾਂ ਦੀ ਜੋਤ ਆ ਵੀ ਕਿਸੇ ਗੋਂਗੇ ਦਾ ਗਲਾ ਚੱਲ ਰਿਹਾ ਤੁਸੀਂ ਵੀ ਪੜਿਓ ਜੀ ਬੈਠਾ ਸੋਡੀ ਪਾਤਸ਼ਾਹ ਬੈਠਾ ਸੁਦੀਪਾਤ ਸ਼ਾ ਸਾਧ ਸੰਗਤ ਅੱਜ ਵੀ ਭਾਵਨਾ ਨਾਲ ਤੁਸੀਂ ਪੜਿਆ ਜੇ ਗੁਰੂ ਰਾਮਦਾਸ ਬੈਠੀ ਹੈ ਜੇ ਬੈਠੀ ਹੈ ਜੇ ਅੱਜ ਵੀ ਜਿਹੜਾ ਭਾਵਨਾ ਨਾਲ ਜਾਂਦਾ ਉਹਦੇ ਸਾਰੇ ਕਾਰਜ ਰਾਜ ਸੁਲਝੇ